ਹੈਂ, ਅਤੇ ਉਹਨਾਂ ਨੇ ਜਨਾਨੀ ਡੀ ਖਿੱਚ ਕੇ ਚਪੇੜ ਮਾਰੀ, ਉਹਨਾਂ ਨੇ ਮੇਰਾ ਪਰਨਾ ਲਾ ਤਾ, ਮੇਰੇ ਚਪੇੜਾਂ ਮਾਰੀਆਂ, ਕੜੇ ਮਾਰੇ ਮੇਰੇ, ਅਤੇ ਮੈਂ ਫਿਰ ਇਕੱਲਾ ਸੀ ਜੇ, ਤਾਂ ਕਰਕੇ ਬਾਅਦ 'ਚੋਂ ਜਦੋਂ ਮਹੱਲਾ ਇਕੱਠਾ ਹੋਇਆ ਬਾਅਦ 'ਚੋਂ ਭੱਜ ਗਏ ਸੀ ਜੀ। ਸਜ਼ਾ ਮਿਲਣੀ ਚਾਹੀਦੀ ਆ ਜੀ ਮੇਰੇ ਪਰਨਾ ਖੜਨ ਦੀ। ਅੱਜ ਇਸ ਬੰਟੀ ਦਾ ਪਰਨਾ ਲਾ ਤਾ, ਇੱਦਾਂ ਉਹਨਾਂ ਦਾ ਹੋਰ ਮਤਲਬ ਕਿ ਦਿਲ ਵਧੀ ਨਾਲ ਹੋਰ ਕਿਸੇ ਦੇ ਹੱਥ ਪਾਉਣਗੇ। ਜੇ ਅੱਜ ਇਸ ਵੀਰ ਦਾ ਪਰਨਾ ਲੱਥ ਗਿਆ, ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜੀ ਹਾਂ, ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਔਰਤ ਦੇ ਨਾਲ ਝਗੜਾ ਕੀਤਾ ਜਾ ਰਿਹਾ ਸੀ ਅਤੇ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਸੀ, ਜਿਹਦੇ ਚੱਲਦਿਆਂ ਉਸ ਨੂੰ ਛੁਡਾਉਣ ਦੇ ਵਾਸਤੇ ਇੱਕ ਗੁਰਸਿੱਖ ਨੌਜਵਾਨ ਜੋ ਹੈ ਉਹ ਅੱਗੇ ਆਉਂਦਾ ਹੈ ਅਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਪਰੰਤੂ ਇਸ ਮੌਕੇ ਦੇ ਉੱਪਰ ਜੋ ਲੋਕ ਔਰਤ ਦੇ ਨਾਲ ਕੁੱਟਮਾਰ ਕਰ ਰਹੇ ਸੀ, ਉਹਨਾਂ ਨੇ ਔਰਤ ਨੂੰ ਛੱਡ ਕੇ ਪਹਿਲਾਂ ਗੁਰਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਤੋਂ ਦਸਤਾਰ ਖੋਹ ਕੇ ਲੈ ਜਾਂਦੇ ਨੇ। ਜਿਸ ਤੋਂ ਬਾਅਦ ਗੁਰਸਿੱਖ ਨੌਜਵਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਹੈ, ਆਓ ਸੁਣਦੇ ਹਾਂ। ਗੱਲ ਹੋਈ ਵੀ ਉਹ ਜਨਾਨੀ ਦੇ ਗੱਲ ਡੇ ਸੀ, ਭੈਣ ਮੈਂ ਉਧਰੋਂ ਦੁਕਾਨ ਤੋਂ ਡਿਆ ਸੀ ਜੀ, ਹੁਣ ਮੇਰੇ ਕੋਲ ਜਨਾਨੀ ਕੋ ਵੇਖ ਕੇ ਰਿਹਾ ਨਹੀਂ ਗਿਆ। ਮੈਂ ਕਿਹਾ ਗੁਰੂਆ ਇਹ ਕੀ ਡੇ ਕਰਨ ਤੁਸੀਂ, ਜਨਾਨੀ ਦੇ ਇਹਨਾਂ ਨਾਲ ਗੱਲ ਪਾਓ, ਜੇ ਉਹਨਾਂ ਦਾ ਕੋਈ ਬੰਦਾ ਹੈ ਤਾਂ ਉਹਦੇ ਗੱਲ ਪੈ ਜਾਓ ਹੈਂ। ਅਤੇ ਉਹਨਾਂ ਨੇ ਜਨਾਨੀ ਡੀ ਖਿੱਚ ਕੇ ਚਪੇੜ ਮਾਰੀ, ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ, ਮੈਂ ਕਿਹਾ ਨਾ ਕਰੋ। ਉਹਨਾਂ ਨੇ ਮੇਰਾ ਪਰਨਾ ਲਾ ਤਾ, ਮੇਰੇ ਚਪੇੜਾਂ ਮਾਰੀਆਂ, ਕੜੇ ਮਾਰੇ ਮੇਰੇ, ਅਤੇ ਹਾਂਜੀ। ਕੌਣ ਲੋਕ ਸੀ ਉਹ? ਇੱਕ ਵਿੱਕੀ ਲੱਕੀ ਸੀ, ਇੱਕ ਸੰਜੇ ਸੀ ਇਹ, ਅਤੇ ਇੱਕ ਸੁਭਾਸ਼। ਕਿਹੜੇ ਇਲਾਕੇ ਤੋਂ? ਉਹ ਪਰਲੀ ਸਾਈਡ ਤੋਂ ਜੇ, ਅਤੇ ਇੱਕ ਪਲਾਟਾਂ ਦਾ ਜੇ। ਸ਼ਕਲਾਂ ਉਹਨਾਂ ਦੀਆਂ ਜਾਣਦੇ? ਹਾਂਜੀ ਜੀ। ਅਤੇ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਅਤੇ ਕੀ ਗੱਲਬਾਤ ਹੋਈ ਉਦੋਂ? ਗੱਲ ਹੋਈ, ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤਾਂ ਲੈ ਆ ਦਸਤਾਰ, ਪਰ ਬਾਅਦ 'ਚੋਂ ਆਪੇ ਸ਼ਾਮੀ ਦੇ ਗਏ ਸੀ ਜੇ। ਤੁਹਾਡੀ ਦਸਤਾਰ ਨਾਲ ਲੈ ਗਏ? ਹਾਂਜੀ ਜੀ। ਕੀ ਲੱਗਦਾ ਕਿ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇੱਕ ਆਂਚ ਆਉਣ ਦੀ ਜਿਹੜੀ ਆਂਚ ਆਈ ਉਹ ਜ਼ਿਆਦਾ ਜਾਣੇ ਸੀ, ਤਾਂ ਕਰਕੇ ਹਾਂਜੀ ਬੇਅਦਬੀ ਕੀਤੀ ਉਹਨਾਂ, ਉਹ ਜ਼ਿਆਦਾ ਜਾਣੇ ਸੀ, ਅਤੇ ਮੈਂ ਫਿਰ ਇਕੱਲਾ ਸੀ ਜੇ, ਤਾਂ ਕਰਕੇ ਬਾਅਦ 'ਚੋਂ ਜਦੋਂ ਮਹੱਲਾ ਇਕੱਠਾ ਹੋਇਆ ਬਾਅਦ 'ਚੋਂ ਭੱਜ ਗਏ ਸੀ ਜੀ। ਕੋਈ ਪੁਲਿਸ ਥਾਣੇ ਕੀਤੀ ਕੰਪਲੇਂਟ? ਹਾਂਜੀ ਜੀ, ਮੇਰੀ ਕੰਪਲੇਂਟ ਹੋਈ ਆ ਜੀ। ਕਿਹੜੇ ਥਾਣੇ? ਥਾਣੇ ਮੋਗਮਪੁਰੇ ਥਾਣੇ ਜੀ। ਕਿੰਨੇ ਦਿਨ ਹੋ ਗਏ? 4 ਦਿਨ ਹੋ ਗਏ ਜੀ, 3 ਕੁ ਦਿਨ। ਕਾਰਵਾਈ ਕੋਈ ਕੀਤੀ ਕਿ ਨਹੀਂ? ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ। ਕਿਹੜੇ ਕਿਹੜੇ ਆਈਓ ਅਫਸਰ ਕੋਲ ਸੀ? ਸੁਖਵਿੰਦਰ ਸਿੰਘ ਮੁੰਸ਼ੀ ਸੀ ਜੀ। ਹਾਂਜੀ, ਉਹਨਾਂ ਨੇ ਕੀਤੀ ਹੈ। ਮੈਂ ਰਾਤ ਕੋਈ 9:30-10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ। ਹਾਂ, 7:30 ਵਜੇ ਮੇਰੇ ਗੱਲ ਪਏ ਜੀ। ਮੰਗ ਕੀ ਕਰਦੇ ਹੋ? ਮੰਗ ਇਹਨਾਂ ਕਿ ਮੇਰਾ ਇਨਸਾਫ ਹੋਣਾ ਚਾਹੀਦਾ, ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆ ਜੀ ਮੇਰੇ ਪਰਨਾ ਖੜਨ ਦੀ। ਜਿਹੜੀ ਦਸਤਾਰ ਲਾਈ ਆ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਮੈਂ ਕਹਿੰਦਾ ਵੀ ਮੇਰੇ ਨਾਲ ਖੜੋ, ਮੇਰਾ ਸਾਥ ਦਿਓ, ਇਹਨਾਂ ਨੂੰ ਪਰਚਾ, ਇਹਨਾਂ ਦੀ ਸਜ਼ਾ ਦਿਓ, ਦੇਣੇ ਇਹਨਾਂ ਨੂੰ। ਇਸ ਪੂਰੇ ਮਾਮਲੇ ਦੇ ਹੋਣ ਦੇ ਦਰਮਿਆਨ ਨਾਲ ਦੀ ਨਾਲ ਉਹਨਾਂ ਦੇ ਸਾਥੀ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਮੌਕੇ ਦੇ ਉੱਪਰ ਕਿਹਾ ਜਾਂਦਾ ਹੈ ਕਿ ਜੇਕਰ ਅੱਜ ਤੁਸੀਂ ਕਿਸੇ ਵੀ ਸਿੰਘ ਦੇ ਦਸਤਾਰ ਨੂੰ ਹੱਥ ਪਾਉਣ ਦੀ ਤਿਆਰੀ ਕਰੀ ਬੈਠੇ ਹੋ ਤਾਂ ਆਉਣ ਵਾਲੇ ਵਕਤ ਦੇ ਵਿੱਚ ਸਿੱਖ ਕੌਮ ਇਸ ਨੁਕਸਾਨ ਨੂੰ ਝੱਲਣ ਲਈ ਤਿਆਰ ਬਿਲਕੁਲ ਵੀ ਨਹੀਂ ਹੈ। ਇਸ ਮੌਕੇ ਦੇ ਉੱਪਰ ਉਹਨਾਂ ਨੇ ਹੋਰ ਕੀ ਕਿਹਾ ਹੈ, ਆਓ ਇਹ ਵੀ ਸੁਣਦੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ, ਕੀ ਕਹਿਣਾ ਚਾਹੁੰਦੇ? ਆਪਾਂ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਹਾਂ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਂ ਹੈ ਬੰਟੀ ਸਿੰਘ, ਅੱਜ ਇਹਦਾ ਪਰਨਾ ਲੱਥ ਗਿਆ, ਕੱਲ੍ਹ ਨੂੰ ਹੋਰ ਇਸੇ ਤਰ੍ਹਾਂ ਦੇ ਸ਼ਰਾਰਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਨਾ ਲਾ ਤਾ, ਇੱਦਾਂ ਉਹਨਾਂ ਦਾ ਹੋਰ ਮਤਲਬ ਕਿ ਦਿਲ ਵਧੀ ਨਾਲ ਹੋਰ ਕਿਸੇ ਦੇ ਹੱਥ ਪਾਉਣਗੇ। ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅੰਮ੍ਰਿਤਧਾਰੀ ਸਿੰਘ
ਬਣਨਾ ਚਾਹੁੰਦੇ, ਜਿਵੇਂ ਕਿ ਆ ਵੀਰ ਦਾੜਾ ਰੱਖਣ ਡਿਆ ਵਾ ਕੇਸ ਦੇ ਹੈਗੇ ਆ, ਤੁਸੀਂ ਵੇਖ ਸਕਦੇ ਹੋ। ਜੇ ਅੱਜ ਇਸ ਵੀਰ ਦਾ ਪਰਨਾ ਲੱਥ ਗਿਆ, ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸ਼ਰਾਰਤੀ ਅਨਸਰ ਆ, ਉਹਨਾਂ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸੋ ਖੇਮਾ ਦੇ ਜਾਚਕਾਂ ਦਾਸ ਜਥੇਦਾਰ ਜੁਗਰਾਜ ਸਿੰਘ ਵੱਲਾ ਸਾਹਿਬ ਜੀ ਮੰਡੀ ਗੁਰਦੁਆਰਾ ਸ਼੍ਰੀ ਬਾਬਾ ਜੀਵਨ ਸਿੰਘ, ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਹੀ ਥਾਣਾ ਮੋਕਮਪੁਰ ਦੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਅਤੇ ਅਸੀਂ ਇਸ ਮਾਮਲੇ ਦੇ ਉੱਪਰ ਜਾਂਚ ਕਰ ਰਹੇ ਹਾਂ। ਜਿਹੜਾ ਵੀ ਮਸਲਾ ਇਸ ਦੇ ਵਿੱਚ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਜਿਹੜਾ ਕੰਦਨਾ ਚ ਝਗੜਾ ਹੋਇਆ, ਕੀ ਉੱਤੇ ਕਾਰਵਾਈ ਕੀਤੀ? ਕਰੀ ਉਸ ਝਗੜਾ ਕਮਲਜੀਤ ਕੌਰ ਨੇ ਦਿੱਤੀ ਇੱਕ ਕੰਪਲੇਂਟ ਜੀ ਲੱਕੀ ਦੇ ਸੰਜੇ ਦੇ ਆਣ ਕੇ ਸਾਡੇ ਮਤਲਬ ਉਹਦੇ ਗਲ ਗਲ ਪਏ ਆਣ ਕੇ ਉਹਨਾਂ ਕੰਪਲੇਂਟ ਕੀਤੀ ਹੈ, ਵੈਰੀਫਾਈ ਕਰ ਰਹੇ ਹਾਂ ਜੋ ਬੰਦੀ ਕਰ ਰਹੀ। ਇੱਕ ਲੜਕੇ ਦੀ ਦਸਤਾਰ ਵੀ ਲੱਥੀ ਜੀ, ਉੱਤੇ ਕੋਈ ਕੀਤੀ ਹਾਂ ਜੀ? ਉਹਦੇ ਵੀ ਨਾਲ ਜੇ ਚੱਲਣ ਦੀ ਤਸਦੀਕ ਚੱਲਣ ਦੀ ਉਹਨਾਂ ਦੀ ਵੀ ਜੋ ਵੀ ਤੁਹਾਡਾ ਸਾਹਮਣੇ ਆਉਣਗੇ ਉਹ ਗੱਲ ਕਰੇ। 4 ਦਿਨ ਹੋ ਗਏ, ਉਹ ਕਹਿੰਦੇ ਵੀ ਪੁਲਿਸ ਸਾਡੀ ਸੁਣਵਾਈ ਸੁਣਵਾਈ ਕੋਈ ਨਹੀਂ ਭਾਜੀ, ਮੈਂ 2 ਰੇਡ ਕਰ ਗਿਆ, ਕੱਲ੍ਹ ਵੀ ਜਾ ਗਿਆ, ਪਰਸੋਂ ਵੀ ਜਾ ਗਿਆ, ਪਰਸੋਂ ਮੌਕੇ 'ਤੇ ਵੀ ਗਿਆ ਸੀ, ਜਦੋਂ ਮੈਂ ਆਧਾਰ ਕਾਰਡ ਰੇਡ ਕਰ ਗਿਆ, ਕੱਲ੍ਹ ਤੜਕੇ ਫਿਰ ਜਾ ਗਿਆ ਮੈਂ। ਅਤੇ ਮੁੰਡੇ ਜਿਹੜੇ ਸੀ ਜਿਹਨਾਂ ਦੇ ਉਹ ਆਪਣੇ ਘਰੋਂ ਭੱਜੇ ਅਜੇ, ਉਹ ਜਲਦੀ ਫੜ ਲਏ। ਪਰੰਤੂ ਵੱਡੀ ਗੱਲ ਇਸ ਸਭ ਦੇ ਦਰਮਿਆਨ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਸ਼ਰੇ ਆਮ ਇਸ ਥਾਂ ਦੇ ਉੱਪਰ ਕਿਸੇ ਮਹਿਲਾ ਦੇ ਨਾਲ ਹੋ ਰਹੀ ਹੋਵੇ ਕੁੱਟਮਾਰ, ਤਾਂ ਕੋਈ ਵੀ ਸ਼ਖਸ, ਕੋਈ ਵੀ ਬੰਦਾ ਜੋ ਹੈ ਉਹ ਅੱਗੇ ਵੱਧ ਕੇ ਇਸ ਤਰ੍ਹਾਂ ਦੀ ਹਰਕਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਹੀ ਕਰੇਗਾ। ਅਤੇ ਜੇਕਰ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਨਾਲ ਕਿਸੇ ਜ਼ਬਰ ਜ਼ੁਲਮ ਦੇ ਵਾਸਤੇ ਆਵਾਜ਼ ਬੁਲੰਦ ਕਰ ਵੀ ਲਈ ਜਾਂਦੀ ਹੈ, ਤਾਂ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਕਿਸ ਹੱਦ ਤੱਕ ਸਹੀ ਹੈ? ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ।